ਜੰਮੂ ਪਠਾਨਕੋਟ ਸ਼ਿੜਕਾਂ ਪਰ ਜੰਮੂ ਕੋਲਾਂ ਤਕਰੀਬਨ ਕੋਈ 50 ਕਿਲੋਮੀਟਰ ਛਿੰਡਾ ਇੱਕ ਇਤਿਹਾਸਿਕ ਨਗਰ ਆਬਾਦ ਹੈ ਜਿਸੀ ਸਾਂਬਾ ਆਖਦੇ ਨੇ। ਇਹ ਨਗਰ ਆਪਣੇ ਵਿਵਸਾਇਕ ਰੂਪ ਕੰਨੇ ਵੀ ਕੁਛ ਜ਼ਮਾਨੇ 'ਚ ਬੜਾ ਵੱਡਾ ਕੇਂਦਰ ਹਾਂ, ਖਾਸ ਤੌਰ ਪਰ ਭਾਰਤ ਪਾਕਿਸਤਾਨ ਦੀ ਵੰਡ ਕੋਲਾਂ ਪਹਿਲਾਂ। ਪਰ ਅੱਜ ਵੀ ਚੂੰਕਿ ਇਹ ਮੁੱਖ ਜਰਨੈਲੀ ਸੜਕਾਂ ਦੇ ਕੰਢੇ ਪਰ ਆਬਾਦ ਹੈ, ਅੱਜ ਵੀ ਵਿਵਸਾਇਕ ਰੂਪ ਕੰਨੇ ਇਹਦਾ ਬੜਾ ਮਤਾ ਮਹੱਤਵ ਹੈ। ਇਸ ਜ਼ਿਲ੍ਹੇ ਦਾ ਔਰ ਖਾਸ ਤੌਰ ਪਰ ਇਸ ਕਸਬੇ ਦਾ ਬੜਾ ਗੈ ਦਿਲਚਸਪ ਇਤਿਹਾਸ ਵੀ ਰਹਿਦਾ ਹੈ। ਉਸ ਇਤਿਹਾਸ ਦੇ ਨੇਕਾਂ ਜਿਹੜੇ ਸਬੂਤ ਨੂੰ, ਨੇਕਾਂ ਗਵਾਹ ਜਿਹੜੇ ਨੂੰ, ਜਾਂ ਨੇਕਾਂ ਪ੍ਰਮਾਣ ਜੀ ਸੀ ਆਖਦੇ ਹਾਂ, ਉਹ ਵੱਖ ਵੱਖ ਰੂਪ 'ਚ ਇਸ ਜ਼ਿਲ੍ਹੇ ਦੀ ਵੱਖ ਵੱਖ ਥਾਰੇ ਪਰ ਔਰ ਖਾਸ ਤੌਰ ਪਰ ਸਾਂਬਾ ਕਸਬੇ 'ਚ ਮੌਜੂਦ ਨੇ, ਜਿਹਦੇ 'ਚ ਇੱਕ ਹੈ ਸਾਂਬਾ ਦਾ ਕਿਲ੍ਹਾ। ਇਹ ਕਿਲ੍ਹਾ ਕੋਈ ਬੜਾ ਵੱਡਾ ਵਿਸ਼ਾਲ ਕਿਲ੍ਹਾ ਨਹੀਂ ਹੈ ਔਰ ਅੱਜ ਇਹਦੀ ਸਥਿਤੀ ਜਿਹੜੀ ਹੈ ਉਹ ਵੀ ਬੜੀ ਦਯਨੀ ਹੈ, ਬੜੀ ਮਾੜੀ ਹਾਲਤ ਹੈ। ਪਰ ਫਿਰ ਵੀ ਇਹ ਦਰਸਾਉਂਦਾ ਹੈ ਜੇ ਇੱਥੇ ਕਿਸੇ ਨਾ ਕਿਸੇ ਦੌਰ 'ਚ ਇੱਕ ਆਜ਼ਾਦ ਖੁਦਮੁਖਤਿਆਰ ਸੱਤਾ ਜਿਹੜੀ ਹੈ ਉਹ ਜ਼ਰੂਰ ਰਹੀ ਹੋਣੀ ਹੈ। ਇਸ ਸੱਤਾ ਦੇ ਬਾਰੇ 'ਚ, ਇਸ ਕਿਲ੍ਹੇ ਦੀ ਬਦਾਨੇ ਦੇ ਬਾਰੇ 'ਚ ਅਤੇ ਸਾਂਬਾ ਨਗਰ ਕੀ ਵਸਾਏ ਜਾਣੇ ਦੇ ਬਾਰੇ 'ਚ ਨੇਕਾਂ ਜਿਹੜੇ ਕਿੱਸੇ ਨੇ ਉਹ ਅਸੀਂ ਕੀ ਪੜ੍ਹਨੇ ਕੀ ਸੁਣਨੇ 'ਚ ਜਾਂ ਲੋਕ ਗੀਤੇ 'ਚ ਸੁਣਨੇ 'ਚ ਮਿਲਦੇ ਨੇ। ਐਸੇ ਗੈ ਇੱਕ ਕਿੱਸੇ ਮੁਤਾਬਕ ਦੱਸਿਆ ਜਾਂਦਾ ਹੈ ਜੇ ਲਖਨਪੁਰ ਦੇ ਰਾਜਾ ਗੁਜੇ ਸਿੰਘ ਜਿਹੜੇ ਉਸ ਦੌਰ 'ਚ ਉੱਥੇ ਹਕੂਮਤ ਕਰਦੇ ਸੀ, ਉਹਦੇ ਨਿੱਕੇ ਭਰਾ ਮੱਲ ਦੇ ਹੋਰ ਇੱਥੇ ਕਿਸੇ ਤਰੀਕੇ ਸ਼ਿਕਾਰ ਦੇ ਬਹਾਨੇ ਜਾਂ ਸ਼ਿਕਾਰ ਕਰਦੇ ਇੱਥੇ ਆਈ ਪੁੱਜੇ। ਇੱਥੇ ਉਸਲੇ ਕੋਈ ਇੱਕ ਕਬੀਲਾ ਰਹਿੰਦਾ ਹਾਂ, ਉਹਦੇ ਸਰਦਾਰ ਦੀ ਕੁੜੀ ਕੰਨੇ ਜਾਂ ਉਹਦਾ ਜਿਹੜਾ ਕਬੀਲੇ ਦਾ ਪ੍ਰਧਾਨ ਹਾਂ ਉਹਦੀ ਕੁੜੀ ਕੰਨੇ ਉਹਨੇ ਵਿਆਹ ਕੀਤਾ ਅਤੇ ਫਿਰ ਇੱਥੇ ਗਏ ਵਸੀ ਗਏ। ਉਸ ਕਥਾ ਮੁਤਾਬਕ, ਉਸ ਕਿੱਸੇ ਮੁਤਾਬਕ ਇਹ ਦੱਸਿਆ ਜਾਂਦਾ ਕਿ ਉਹਨੇ ਗਏ ਇਸ ਨਗਰ ਦੀ ਜਿਹੜੀ ਬਸਵਾਂ ਕੀਤੀ, ਇੱਥੇ ਜਿਹੜਾ ਇਸੀ ਵਸਾਇਆ ਅਤੇ ਇਹ ਕੋਈ ਤਕਰੀਬਨ ਉਹਦੇ ਮੁਤਾਬਕ ਸਨ 1400 ਦੇ ਕਰੀਬ ਦੀ ਗੱਲ ਹੈ, ਯਾਨੀ ਅੱਜ ਕੋਲੋਂ ਤਕਰੀਬਨ 700 ਸਾਲ ਪਹਿਲੇ ਦੀ ਗੱਲ ਮੰਨੀ ਜਾਂਦੀ ਹੈ। ਰਾਜਾ ਮਲਦੇਵ ਨੇ ਇਹਦੀ ਨੀਂਹ ਰੱਖੀ ਅਤੇ ਇਸ ਨਗਰ ਕੀ ਆਬਾਦ ਕੀਤਾ। ਉਸ ਮੌਕੇ ਇਹ ਕਿਲ੍ਹਾ ਨਹੀਂ ਹੈ ਹਾਂ, ਲੇਕਿਨ ਉਹਨੇ ਇਸ ਨਗਰ ਕੀ ਆਪਣੀ ਰਾਜਧਾਨੀ ਜ਼ਰੂਰ ਬਣਾਇਆ। ਉਹਨੇ ਲੋਕਾਂ ਮੁਤਾਬਕ ਉਸ ਮੌਕੇ ਇੱਥੇ ਇੱਕ ਲੌਕੀ ਦੀ ਹਵੇਲੀ ਹੁੰਦੀ ਸੀ, ਉਹਦੇ 'ਚ ਗਿਆ ਉਹ ਆਪਣਾ ਰਾਜ ਪਾਠ ਚਲਾਉਂਦੇ ਸੀ ਅਤੇ ਆਪਣੇ ਜਿਹੜੇ ਰਾਜਕਾਜ ਦੇ ਦੂਏ ਕੰਮ ਸੀ ਉਹਦਾ ਨਿਰਵਾਹ ਕਰਦੇ ਸੀ। ਸਾਂਬਾ 'ਚ ਵੈਸੇ ਦੋ ਸ਼ਿਵ ਮੰਦਰ ਵੀ ਹਨ ਜਿਹਦੇ 'ਚ ਇੱਕ ਸਾਂਬਾ ਕਸਬੇ 'ਚ ਹੈ, ਇੱਕ ਸਾਂਬਾ ਕੋਲ ਥੋੜ੍ਹੇ ਜਿਹੇ ਛਿੰਡੇ ਪਰ ਹੈ।
ਸਾਂਬਾ ਦੇ ਸ਼ਿਵ ਮੰਦਰ ਕੀ ਸਾਂਬੇਸ਼ਵਰ ਆਖਦੇ ਸੀ ਅਤੇ ਜਿਹੜਾ ਦੂਆ ਦੂਰ ਮੰਦਰ ਹੈ ਉਸੀ ਮਾਹੇਸ਼ਵਰ ਆਖਦੇ ਸੀ। ਇਹ ਵੀ ਲੋਕ ਆਖਦੇ ਨੇ ਜੀ ਉਹਦਾ ਜਿਹੜਾ ਤਲਕ ਹੈ ਉਹ ਸ਼ਾਇਦ ਉਸ ਮੰਦਰ ਕਨੇ ਵੀ ਹੈ ਕਿ ਜੇ ਉਹਨੇ ਗਏ ਸ਼ਿਵ ਦੀ ਆਰਾਧਨਾ ਕੀਤੀ ਅਤੇ ਉਹਨੇ ਉਹ ਮੰਦਰ ਬਣਾਇਆ। ਬਾਅਦ 'ਚ ਜਿਹੜਾ ਡੋਗਰਾ ਹਕੂਮਤ ਆਈ ਤਾਂ ਇਸ ਕਿਲ੍ਹੇ ਦਾ ਨਿਰਮਾਣ ਡੋਗਰਾ ਰਾਜਾ ਸੁਚੇਤ ਸਿੰਘ ਹੋਰ ਕਰਵਾਇਆ। ਦੱਸਿਆ ਜਾਂਦਾ ਹੈ ਜੀ ਕਿਲ੍ਹੇ ਦਾ ਨਿਰਮਾਣ 1816 ਦੇ ਕਰੀਬ ਤਕਰੀਬਨ ਕੀਤਾ ਗਿਆ। ਉਸ ਮੌਕੇ ਚੂੰਕਿ ਡੋਗਰਾ ਹਕੂਮਤ ਆਪਣਾ ਵਿਸਤਾਰ ਵਾਧਾ ਕਰਾ ਕਰਦੀ ਸੀ, ਇਸ ਵਾਸਤੇ ਮਹੱਤਵਪੂਰਨ ਥਾਰੇ ਪਰ ਫੌਜੀ ਕਿਲ੍ਹੇ ਦੀ ਜ਼ਰੂਰਤ ਸੀ ਤਾਂ ਕਿ ਦੁਸ਼ਮਣ ਦੇ ਹਮਲੇ ਦੀ ਰੋਕਿਆ ਜਾ, ਔਰ ਜੇ ਦੁਸ਼ਮਣ ਦੇ ਹਮਲੇ ਨਹੀਂ ਹਨ ਤਾਂ ਆਪਣੇ ਵਿਸਤਾਰ ਵੱਧ ਲਈ ਫੌਜੀ ਛਾਉਣੀਆਂ ਬਣਾਈਆਂ ਜਾਣ ਤਾਂ ਕਿ ਉਹ ਇੱਥੇ ਰਹੀਏ ਅਤੇ ਉਹ ਅੱਗੇ ਦੇ ਇਲਾਕੇ ਵੀ ਆਪਣੇ ਕਬਜ਼ੇ 'ਚ ਲੈ ਸਕਣ। ਅੱਜ ਕੋਲੋਂ ਤਕਰੀਬਨ 300 ਸਾਲ ਪਹਿਲਾਂ ਉਸ ਕਹਾਣੀ ਮੁਤਾਬਕ ਬਣੇ ਦੇ ਇਸ ਕਿਲ੍ਹੇ ਦਾ ਢਾਂਚਾ ਜਿਹੜਾ ਉਹ ਇੱਕ ਛਾਉਣੀਆਂ ਦਾ ਦੇਖਾ ਗਿਆ ਲੱਗਦਾ। ਅੱਖੇ ਚੌਖੇ ਮਤੀਆਂ ਸਾਰੀਆਂ ਬੈਰਕਾਂ, ਕਿਸ ਹਿੱਸੇ 'ਚ ਲੱਗਦਾ ਕਿ ਜਿਹੜੇ ਵੱਡੇ ਅਹਿਲਕਾਰ ਹੈ ਉਹਦੀ ਰਿਹਾਇਸ਼ੀ ਜਗ੍ਹਾ ਹੋਣੀਆਂ, ਉਹਦੀਆਂ ਹਵੇਲੀ ਹੋਣੀਆਂ, ਅਤੇ ਬਾਕੀ ਸਾਰਾ ਹਿੱਸਾ ਜਾਂ ਤਾਂ ਫੌਜੀਆਂ ਦੀ ਬੈਰਕਾਂ ਜਾਂ ਫਿਰ ਘੋੜੇ ਵਗੈਰਾ ਰੱਖਣ ਲਈ ਅਸਤਬਲ ਦੇ ਤੌਰ 'ਤੇ ਇਸਤੇਮਾਲ ਕੀਤੀਆਂ ਜਾਂਦੀਆਂ। ਪਾਣੀ ਇੱਕ ਬੜੀ ਵੱਡੀ ਜ਼ਰੂਰਤ ਸੀ ਅਤੇ ਜਿਹੜੀਆਂ ਆਮ ਤੌਰ 'ਤੇ ਅਸ ਬਾਕੀ ਕਿਲ੍ਹੇ 'ਚ ਦੇਖਦੇ ਹਾਂ ਉਹਨਾਂ ਗਿਆ ਸਾਂਬਾ ਦੇ ਇਸ ਕਿਲ੍ਹੇ 'ਚ ਵੀ ਪਾਣੀ ਦਾ ਇੱਕ ਬੜਾ ਵੱਡਾ ਤਲਾਅ ਬਣੇਗਾ। ਕਿਲ੍ਹੇ ਦੀ ਕਿਸੇ ਜ਼ਮਾਨੇ 'ਚ ਆਪਣੀ ਹਾਲਤ ਪਰ ਛੋੜੀ ਦਿੱਤਾ ਗਿਆ ਅਤੇ ਬੜੇ ਸਾਰੇ ਸਰਕਾਰੀ ਦਫ਼ਤਰਾਂ ਵੀ ਇਹਦੇ ਪਰ ਕਬਜ਼ਾ ਕਰ ਲਿਆ। ਇਸ ਕਿਲ੍ਹੇ 'ਚ ਮਤੇ ਚਿਰੇ ਤੋੜੀ ਇੱਕ ਸਕੂਲ ਜਿਹੜਾ ਉਹ ਕੰਮ ਕਰਦਾ ਰਿਹਾ। ਬਾਅਦ 'ਚ ਜਿਹੜੀ ਜਾਗਰਤੀ ਪੈਦਾ ਹੋਈ, ਲੋਕਾਂ ਆਵਾਜ਼ ਚੁੱਕਣਾ ਸ਼ੁਰੂ ਕੀਤੀ, ਉਸ ਸਕੂਲ ਦੀ ਅਤੇ ਸਰਕਾਰੀ ਦਫ਼ਤਰਾਂ ਦੀ ਇੱਥੋਂ ਹਟਾਇਆ ਗਿਆ। ਅੱਜ ਇਸ ਕਿਲ੍ਹੇ ਦੀ ਦੇਖ ਰੇਖ ਦਾ ਕੰਮ, ਇਹਦੀ ਸੰਭਾਲ ਦਾ ਕੰਮ, ਇਹਦੇ ਸੰਰਕਸ਼ਣ ਦਾ ਕੰਮ, ਇਹਦਾ ਜਿਹੜਾ ਪੁਰਾਣਾ ਗੌਰਵ ਹੈ ਉਸੀ ਪਰਤੀ ਅਭਾਲ ਕਰਨ ਦਾ ਕੰਮ ਸਰਕਾਰ ਨੇ ਆਪਣੇ ਹੱਥਾਂ 'ਚ ਲੈ ਦਿੱਤਾ ਹੈ ਅਤੇ ਇਹ ਸਾਰਾ ਕੰਮ ਬੜੇ ਇੱਕ ਯੋਜਨਾਬੱਧ ਤਰੀਕੇ ਕੰਨੇ ਚਲਾ ਕਰਦਾ ਹੈ। ਕੰਮ ਇਸ ਤਰੀਕੇ ਚਲਾਇਆ ਜਾ ਕਰਦਾ ਹੈ ਤਾਂ ਕਿ ਕਿਲ੍ਹੇ ਦਾ ਜਿਹੜਾ ਬੁਨਿਆਦੀ ਸਰੂਪ ਹੈ, ਬੁਨਿਆਦੀ ਢਾਂਚਾ ਹੈ, ਉਸੀ ਕੋਈ ਨੁਕਸਾਨ ਨਹੀਂ ਪੁੱਜਿਆ ਅਤੇ ਉਹਦਾ ਜਿਹੜਾ ਅਸਲੀ ਸਰੂਪ ਹੈ ਉਹ ਬਰਕਰਾਰ ਰਹੇ। ਪਰ ਉਹਦੀ ਜਿਹੜੀ ਪੁਰਾਣੀ ਸ਼ਾਨ ਹੈ ਜਾਂ ਜਿੱਥੇ ਕੋਈ ਮੁਰੰਮਤ ਦੀ ਜ਼ਰੂਰਤ ਹੈ ਉਹ ਕੀਤੀ ਜਾ। ਸਾਂਬੇ ਦਾ ਇਹ ਕਿਲ੍ਹਾ ਜੇਕਰ ਇਹਦੇ ਪਰ ਕੋਈ ਸ਼ੋਧ ਕੀਤਾ ਜਾ ਤਾਂ ਸ਼ਾਇਦ ਸਾਂਬੇ ਦੇ ਇਸ ਖੇਤਰ ਦੇ ਪੂਰੇ ਇਤਿਹਾਸ ਪਰ ਉਹ ਕੋਈ ਰੌਸ਼ਨੀ ਪਾ ਸਕਿਆ ਜਾਂ ਕੋਈ ਹੋਰ ਨਵੇਂ ਰਹੱਸ ਵੀ ਜਿਹੜੇ ਉਹ ਉਜਾਗਰ ਕਰੀ ਸਕਿਆ। ਸਾਂਬਾ ਤੋਂ ਅਗਰ ਅਸ ਜੰਮੂ ਵਾਲੇ ਪਾਸੇ ਸਫ਼ਰ ਸ਼ੁਰੂ ਕਰਚਿਆ ਤਾਂ ਤਕਰੀਬਨ ਕੋਈ  2 ਕਿਲੋਮੀਟਰ ਦੇ ਛਿੰਡੇ ਪਰ ਮੁੱਖ ਜਿਹੜੀ ਜਰਨੈਲੀ ਸ਼ਿੜਕ ਹੈ ਜੰਮੂ ਪਠਾਨਕੋਟ ਉਹਦੇ ਗਿਆ ਸੱਜੇ ਪਾਸੇ ਇੱਕ ਨਿੱਕੀ ਜਿਹੀ ਪਹਾੜੀ ਪਰ ਇੱਕ ਬੜਾ ਗਾ ਪਵਿੱਤਰ ਅਤੇ ਪ੍ਰਾਚੀਨ ਮੰਦਰ ਵਿਦਮਾਨ ਹੈ। ਇਹ ਮੰਦਰ ਵੀ ਮਾਤਾ ਭਗਵਤੀ ਦੇ ਗਿਆ ਇੱਕ ਸਰੂਪ ਕੀ
ਸਮਰਪਿਤ ਹੈ। ਇਸੀ ਚੀਚੀ ਮਾਤਾ ਆਖਦੇ ਹਨ। ਬਸੰਤਰ ਨਦੀ ਦੇ ਕੰਢੇ ਪਰ ਬਣੇ ਦੇ ਅਤੇ ਮੁੱਖ ਜਰਨੈਲੀ ਸ਼ਿਰਕਾ ਦੇ ਕੰਢੇ ਪਰ ਬਿਲਕੁਲ ਨਿਰਮਿਤ ਇਸ ਮੰਦਿਰ ਦਾ ਭਵਨ ਬੜਾ ਗਿਆ ਸੁਨਾਕੜਾ ਅਤੇ ਤਕਰੀਬਨ 30 ਮੰਜ਼ਿਲ ਪਰ ਵਿਰਾਜਮਾਨ ਹੈ। ਦਰਅਸਲ ਉਹ ਇੱਕ ਪਹਾੜੀ ਦੀ ਕੰਨੇ ਬਿਲਕੁਲ ਮੰਦਿਰ ਬਣਾਇਆ ਗਿਆ ਹੈ ਅਤੇ ਉੱਥੇ ਮੰਦਿਰ ਦੇ ਜਿਹੜਾ ਗਰਭਗ੍ਰਹਿ ਹੈ ਮੁੱਖ ਮੰਦਿਰ 'ਚ ਪੁੱਜਣ ਲਈ ਪੌੜੀਆਂ ਦਾ ਇੱਕ ਲੰਮਾ ਸਿਲਸਿਲਾ ਚੜ੍ਹੀ ਹੈ ਅਤੇ ਪਾਰ ਕਰੀਏ ਗਿਆ ਉੱਥੇ ਪੁੱਜਿਆ ਜਾ ਸਕਦਾ ਹੈ। ਮੰਦਿਰ ਦੀ ਸਜਾਵਟ ਅਤੇ ਸੁਨਾਕੜਾਪਣ ਦੇਖਦੇ ਹੋਏ ਲੱਭਦਾ ਹੈ ਜਿਵੇਂ ਕਿ ਆਮ ਤੌਰ ਪਰ ਮੰਦਰੇ ਹੀ ਬੜੇ ਸੁਨਾਕੜੇ ਢੰਗਾਂ ਕੰਨਿਆਂ ਬੜੀ ਆਧੁਨਿਕ ਚੀਜ਼ਾਂ ਦਾ ਇਸਤੇਮਾਲ ਕਰੀਏ, ਰੌਸ਼ਨੀ ਕੰਨੇ ਇਸਤੇਮਾਲ ਕਰੀਏ, ਭਾਂਤੀ ਭਾਂਤੀ ਦੇ ਰੰਗੀਨ ਵਸਤਰ ਲਾਈਏ ਸਜਾਵਟ ਕੀਤੀ ਜਾਂਦੀ ਹੈ। ਚੀਚੀ ਮਾਤਾ ਦੇ ਮੰਦਰ 'ਚ ਵੀ ਉਹ ਰੂਪ ਜਿਹੜਾ ਉਹ ਧਾਰਨ ਕਰਵਾਇਆ ਗਿਆ ਹੈ। ਮਾਤਾ ਦੇ ਮੰਦਰ ਕੰਨੇ ਕਈ ਚਾਲੀ ਦੇ ਜਿਹੜੇ ਪੌਰਾਣਿਕ ਧਾਰਮਿਕ ਅਤੇ ਇਤਿਹਾਸਿਕ ਕਿੱਸੇ ਜੁੜੇ ਦੇ ਨੇ। ਇੱਕ ਕਿੱਸੇ ਮੁਤਾਬਕ ਜਿਹੜਾ ਪੌਰਾਣਿਕ ਹੈ ਉਹਦੇ ਮੁਤਾਬਕ ਮਕਾਮੀ ਲੋਕਾਂ ਨੇ ਦੱਸਣਾ ਹੈ ਜਿਸਲੇ ਭਗਵਤੀ ਨੇ ਯੱਗ 'ਚ ਆਪਣੇ ਆਪ ਹੀ ਆਪਣਾ ਜਿਹੜਾ ਆਤਮਦਾਹ ਕਰ ਲਿਆ ਤਾਂ ਭਗਵਾਨ ਸ਼ਿਵ ਜਿਹੜੇ ਉਹ ਕ੍ਰੋਧਿਤ ਹੋਏ ਗਏ ਅਤੇ ਉਹਨੇ ਤਾਂਡਵ ਨ੍ਰਿਤ ਕਰਨਾ ਸ਼ੁਰੂ ਕੀਤਾ। ਤਾਂਡਵ ਨ੍ਰਿਤ ਦਾ ਮਤਲਬ ਹੈ ਕਿ ਪੂਰੇ ਵਿਸ਼ਵ ਦੀ ਤਬਾਹੀ। ਇਹ ਦੇਖੀਏ ਲੋਕ ਤਰਾਹੀ ਤਰਾਹੀ ਕਰੀਏ ਭਗਵਾਨ ਵਿਸ਼ਨੂੰ ਕੋਲ ਗਏ। ਉਹਨੇ ਆਖਿਆ ਜਿੰਨੀ ਚਿਰ ਧੋੜੀ ਉਹਨੇ ਭਗਵਤੀ ਦੀ ਜਿਹੜੀ ਪਾਰਥਿਵ ਸਰੀਰ ਹੈ ਉਸ ਚੁੱਕੇ ਦਾ ਇਹਨੇ ਜਦੋਂ ਸ਼ਾਂਤ ਨਹੀਂ ਹੋ ਸਕਦੇ। ਇਸ ਵਾਸਤੇ ਭਗਵਾਨ ਵਿਸ਼ਨੂੰ ਨੇ ਆਪਣੇ ਸੁਦਰਸ਼ਨ ਚੱਕਰ ਦੀ ਹੁਕਮ ਦਿੱਤਾ ਅਤੇ ਉਹਨੇ ਮਾਂ ਭਗਵਤੀ ਦੇ ਉਸ ਪਾਰਥਿਵ ਸਰੀਰ ਦੇ ਖੰਡ ਖੰਡ ਕਰ ਦਿੱਤਾ। ਉਹ ਜਿਹੜੇ ਖੰਡ ਹੈ ਜਾਂ ਟੁਕੜੇ ਹੈ ਉਹ ਦੱਸਿਆ ਜਾਂਦਾ ਕਿ ਭਾਰਤ ਦੀ ਵੱਖਰੀ ਵੱਖਰੀ ਥਾਰੇ ਪਰ ਡਿੱਗੇ। ਜਿੱਥੇ ਜਿੱਥੇ ਡਿੱਗੇ ਉੱਥੇ ਗਏ ਦੱਸਿਆ ਜਾਂਦਾ ਕਿ ਸ਼ਕਤੀ ਪੀਠ ਜਿਹੜੇ ਜਾਂ ਮਾਤਾ ਸ਼ਕਤੀ ਦੇ ਜਿਹੜੇ ਮੰਦਿਰ ਜਾਂ ਤੀਰਥ ਸਥਾਨ ਸਥਾਪਿਤ ਹੋਏ। ਕੁਛ ਲੋਕਾਂ ਦਾ ਆਖਣਾ ਹੈ ਜੇ ਮਾਤਾ ਦੀ ਜਿਹੜੀ ਚੀਚੀ ਔਂਕੜੀ ਸੀ ਯਾਨੀ ਕਿ ਜਿਸੀ ਡੋਗਰੀ 'ਚ ਚੀਚੀ ਆਖਦੇ ਹਾਂ ਉਹ ਉਸੀ ਹਿੰਦੀ 'ਚ ਆਖਦੇ ਨੇ ਕਿ ਜਿਹੜੀ ਸਰਵ ਲੋਕੀ ਔਂਕੜੀ ਸੀ ਉਹ ਇੱਥੇ ਡਿੱਗੀ ਸੀ। ਉਹਦੀ ਕਿਸੇ ਇੱਕ ਪੰਡਿਤ ਹੋ ਸੀ ਸੁਖਨੇ 'ਚ ਲੱਭੀ, ਉਹਨੇ ਇੱਥੇ ਆਈ ਹੈ ਸਥਾਪਨਾ ਕਰਵਾਈ ਅਤੇ ਫਿਰ ਇੱਥੇ ਜਿਹੜਾ ਇੱਕ ਮੰਦਿਰ ਬਣਿਆ ਉਹ ਮੰਦਿਰ ਬੱਲੇ ਬੱਲੇ ਚੀਚੀ ਮਾਤਾ ਦੇ ਤੌਰ 'ਪਰ ਮਸ਼ਹੂਰ ਹੁੰਦਾ ਗਿਆ। ਹਾਲਾਂਕਿ ਮੰਦਿਰ ਦੇ ਅੰਦਰ ਮਾਤਾ ਦੀ ਇੱਕ ਬੜੀ ਸੁਨਾਕੜੀ ਪ੍ਰਤਿਮਾ ਵੀ ਚਾਂਦੀ ਜੜਿਤ ਉੱਥੇ ਰੱਖੀ ਗਈ ਹੈ, ਪਰ ਇਹ ਮੰਨਿਆ ਜਾਂਦਾ ਹੈ ਕਿ ਜਿਹੜੀ ਪਿੱਛੇ ਪਿੰਡੀ ਹੈ ਉਹ ਚੀਚੀ ਉਂਗਲੀ ਦੇ ਸਰੂਪ 'ਚ ਗਿਆ। ਮਾਤਾ ਭਗਵਤੀ ਦੇ ਆਮ ਮੰਦਰਿਆਂ ਲਖਾ ਇੱਥੇ ਵੀ ਮੰਗਲਵਾਰ ਅਤੇ ਐਤਵਾਰ ਬੜੇ ਮਤੇ ਸ਼ਰਧਾਲੂ ਮਾਤਾ ਦੇ ਦਰਸ਼ਨ ਲਈ ਆਉਂਦੇ ਨੇ। ਜਿੱਥੇ ਤੋੜੀ ਮਾਤਾ ਕੰਨੇ ਜੁੜੇ ਦੇ ਕਿੱਸੇ ਦੀ ਕਹਾਣੀਆਂ ਦੀ ਪੌਰਾਣਿਕ ਕਥਾਏ ਦੀ ਗੱਲ ਹੈ ਉੱਥੇ ਇੱਕ ਮਕਾਮੀ ਲੋਕ ਕਥਾ ਵੀ ਇਹਦੇ ਕੰਨੇ ਜੁੜੀ ਦੀ ਹੈ। ਇੱਕ ਕੋਈ ਪੰਡਿਤ ਹਾ ਜਿਹਦੇ ਘਰ ਦਿਵਿ ਰੂਪ ਕੰਨੇ ਉਸੀ ਕੰਨਿਆ ਸੰਤਾਨ ਪ੍ਰਾਪਤੀ ਹੋਈ। ਉਹ ਕੰਨਿਆ ਜਿਹੜੀ ਸੀ ਉਹ ਸੀ ਉਹ ਦੇਵੀ ਰੂਪ ਮੰਨਦਾ ਹਾ। ਬੱਲੇ ਬੱਲੇ ਕੰਨਿਆ ਵੱਡੀ ਹੁੰਦੀ ਗਈ, ਉਹ ਕਈ ਚਾਲੀ ਦੀ ਅਟਖੇਲੀਆਂ ਕਰਦੀ ਸੀ ਜਿਸੀ ਦੇਖੀ ਦੇਖੀ ਉਹ ਪੰਡਿਤ ਬੜੇ ਖੁਸ਼ ਹੁੰਦੇ ਅਤੇ ਆਪਣੇ ਆਪ ਹੀ ਬੜਾ ਖੁਸ਼ਕਿਸਮਤ ਭਾਗਸ਼ਾਲੀ ਸਮਝਦੇ। ਪਰ ਸਮੇਂ ਦੀ ਜਿਹੜੀ
ਬਾਹਰ ਹੁੰਦੀ ਹੈ ਜਾਂ ਜੋ ਕੁਛ ਕਿਸਮਤ 'ਚ ਲਿਖੇ ਦਾ ਹੁੰਦਾ, ਜੋ ਕੁਛ ਕਿਸੇ ਦੇ ਨਸੀਬ 'ਚ ਲਿਖੇ ਦਾ ਹੁੰਦਾ, ਉਸੀ ਕੋਈ ਟੱਲ ਹੀ ਨਹੀਂ ਸਕਦਾ। ਉਹ ਜਿਹੜਾ ਸਮੇਂ ਹਾਂ ਉਹ ਬੱਲੇ ਬੱਲੇ ਨੇੜੇ ਆਉਂਦਾ ਜਾ ਕਰਦਾ ਹਾਂ। ਇੱਕ ਦਿਨ ਉਹ ਜਿਹੜੀ ਕੰਨਿਆ ਸੀ ਉਹ ਇੱਧਰ ਉੱਧਰ ਬਾਕੀ ਬੱਚੇ ਕਹਿੰਦੇ ਖੇਡਦੀ ਰਹੀ, ਔਰ ਉਹਨੇ ਬੱਚੇ ਕਹਿੰਦੇ ਖੇਡਦੀ ਖੇਡਦੀ ਹੈ ਉਹ ਇੱਕ ਤਲਾਬ ਜਾਂ ਸਰ ਜਿਹੜਾ ਉੱਥੇ ਜਾ ਪੁੱਜੀ। ਉਸ ਸਰ ਕੋਲਾਂ ਉਹ ਬੜੀ ਆਕਰਸ਼ਿਤ ਹੋਈ, ਜਾਂ ਪਤਾ ਨਹੀਂ ਉਸ ਕੰਨੇ ਕੋਈ ਦੈਵੀ ਸ਼ਕਤੀ ਵੈਸੀ ਸੀ ਕਿ ਉਹ ਉਹਦੇ 'ਚ ਜਾ ਡਿੱਗੀ। ਦੱਸਿਆ ਜਾਂਦਾ ਹੈ ਕਿ ਉਹਦੀ ਜਿਹੜੀ ਚੀਚੀ ਉਂਗਲ ਹੈ ਉਹ ਬਾਹਰ ਰਹੀ। ਪਹਿਲਾਂ ਤਾਂ ਕਿਸੇ ਕੀ ਪਤਾ ਨਹੀਂ ਲੱਗਾ, ਪਰ ਉਸ ਚੀਚੀ ਉਂਗਲ ਪਰ ਪਛਾਣ ਹੀ ਲੈਤਾ ਗਿਆ ਕਿ ਇਹ ਉਸੇ ਕੰਨਿਆ ਦਾ ਜਿਹੜਾ ਪਾਰਥਿਵ ਸਰੀਰ ਹੈ ਉਹ ਇਸ ਚੀਚੀ ਕੰਨਿਆ ਗਿਆ ਜੁੜੇ ਦਾ। ਉਸ ਕੰਨਿਆ ਗੀ ਉੱਥੋਂ ਬਾਹਰ ਕੱਢੀ ਲੈਤਾ ਗਿਆ। ਉਹਦਾ ਜਿਵੇਂ ਵਿਧੀ ਪੂਰਵਕ ਪਾਰੰਪਰਿਕ ਰੂਪ ਕੰਨਾ ਉਹਦਾ ਸੰਸਕਾਰ ਕੀਤਾ ਗਿਆ। ਉਹਨੂੰ ਕਿਉਂਕਿ ਚੀਚੀ ਦਾ ਇੱਕ ਪ੍ਰਤੀਕ ਬਣ ਚੁੱਕੀ ਸੀ ਅਤੇ ਲੋਕਾਂ ਨੇ ਮੰਨਣਾ ਹਾਂ ਕਿ ਉਹ ਜਿਹੜੀ ਚੀਚੀ ਮਾਤਾ ਦਾ ਕੋਈ ਆਸ਼ੀਰਵਾਦ ਹੈ, ਜਾਂ ਮਾਤਾ ਭਗਵਤੀ ਦਾ ਕੋਈ ਆਸ਼ੀਰਵਾਦ ਹੈ, ਜਾਂ ਉਹ ਕੰਨਿਆ ਹੈ ਮਾਤਾ ਭਗਵਤੀ ਦਾ ਕੋਈ ਇੱਕ ਆਪਣਾ ਸਰੂਪ ਹੈ, ਅਤੇ ਉੱਥੇ ਫਿਰ ਚੀਚੀ ਮਾਤਾ ਦਾ ਜਾਂ ਚੀਚੀ ਉਂਗਲੀ ਦੇ ਕੰਨਿਆ ਉਹ ਇੱਕ ਸਥਾਪਨਾ ਮੰਦਿਰ ਦੀ ਲੋਕ ਜੀ ਕੀਤੀ ਗਈ। ਅਤੇ ਬਾਅਦ 'ਚ ਜਿਸਲੇ ਲੋਕਾਂ ਦੀ ਮਾਨਤਾ ਪੂਰੀ ਹੋਈਆਂ, ਲੋਕਾਂ ਦੀ ਆਸਥਾ ਜਿਹੜੀ ਕੰਨਿਆ ਜੁੜਦੀ ਗਈ, ਲੋਕਾਂ ਦੇ ਦੁੱਖ ਦੂਰ ਹੋਏ, ਅਤੇ ਬੱਲੇ ਬੱਲੇ ਉਹ ਸਥਾਨ ਇੱਕ ਤੀਰਥ ਸਥਾਨ ਬਣਦਾ ਗਿਆ। ਲੋਕਾਂ ਦੀ ਸ਼ਰਧਾਲੂਆਂ ਦੀ ਆਸਥਾ ਅਤੇ ਜਿਹੜੀ ਉਹਦਾ ਸ਼ਰਧਾ ਸੀ ਉਹ ਵੱਧਦੀ ਗਈ, ਸ਼ਰਧਾਲੂਆਂ ਦਾ ਆਉਣਾ ਜਿਹੜਾ ਉਹਦੇ 'ਚ ਗਿਣਤੀ 'ਚ ਵਾਧਾ ਹੁੰਦਾ ਗਿਆ। ਇਹ ਸਥਾਨ ਅੱਜ ਜੰਮੂ ਸ਼ਰਾ ਸ਼ਹਿਰਾਂ ਦਾ ਜਾਂ ਸਾਬਾ ਸ਼ਹਿਰਾਂ ਦਾ ਨਹੀਂ ਬੋਲੇ ਕਿ ਪੂਰੇ ਜੰਮੂ ਪ੍ਰਾਂਤਾਂ ਦਾ ਇੱਕ ਪਵਿੱਤਰ ਸਥਾਨ ਬਣ ਚੁੱਕੇ ਦਾ।